हां जी अस्सलाम वालेकुम जी। जी अस्सलाम वालेकुम जी। सारे दोस्तों का क्या हाल है जी? भाई अजीम लाई साहब आज आए हैं जी, अपना इथो डर का डिब्बो तो आज निकलन लगे हैं। चो साहब आरफ वाले तो बुरे वाले आज? हां जी बुरे वाले जावांगे जी, ते ओ तो बाद अल्लाह ताला ख्याल रखे। फिर मैं कहना चोरी वाहद को बड़ी है, चोरी वाहद को हो लई है। जो सब कहते भी पहले इथो हो लई है तो फिर चोरी वाहद को हो लई है। थोड़ा जा काम है बुरे वाले करके फिर चोरी वाहद को 10 मिनट रुकेंगे मेरे जोड़ा च बह गए। जोड़ा तू बैठा साडे सिंधू जी? ना 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 जी जनाब वाली, इधरों सूरज इधरों छां पैंदी है। पहुंच गए हैं भाई चोरी वाहद अमर साहब दे डेरे। भाई हुणी हले डेरे है नहीं, जे पहुंचदे आ ते फिर उहनां दे नाल वी बणाउने आ क्लिप। ਸ਼ਾਹ ਸਾਹਿਬ ਤਾਂ ਜਦੋਂ ਆਉਂਦੇ ਆਉਂਦੇ ਤੁਹਾਨੂੰ ਮੈਂ ਦਿਖਾਵਾਂ ਫਿਰ ਇੱਥੇ ਸਟੋਰ 'ਚ ਕੀ ਲੱਗਾ ਪਿਆ। ਇਹ ਬਾਹਰ ਦਾ ਨਾ ਸਾਰਾ ਆਲੂ ਦਾ ਆਇਆ ਪਿਆ, ਅਲੱਗ ਅਲੱਗ ਜੈਸਾ ਜੈਸਾ ਬੀ ਹੋਏਗਾ ਆਲੂ ਦਾ। ਪੈਪਸੀ ਵਾਲਿਆਂ ਦਾ ਆਲੂ ਆ, ਲੇਜ਼ ਦਾ ਚਿਪਸ ਜਿਹਦੀ ਬਣ ਕੇ ਆਉਂਦੀ ਆਪਣੇ ਕੋਲ। ਔਰ ਇਹ ਉੱਪਰ ਨਿਸ਼ਾਨੀ ਵਾਸਤੇ ਲੱਗਾ ਵੀ ਆਹ ਗੱਟੂ ਇਹਦੇ ਵਿੱਚ ਫਲਾਂ ਬੀ ਪੈਣਾ ਆ। ਹਾਂਜੀ ਅੱਛਾ ਜੀ, ਇੱਧਰ ਵੀ ਇਹੀ ਪਲੰਦੇ ਪਏ ਆ। ਇਹ ਬੋਰੀ ਆਈ ਪਈ ਹੈ ਬਕਾਇਆ ਬਾਰਦਾਨਾ, ਸਾਰਾ ਬਾਰਦਾਨੇ ਦਾ ਹੀ ਦੜਾ ਲੱਗਾ। ਆਹ ਖਾਦ ਆ ਇਹ ਸਪੈਸ਼ਲ ਮੰਗਵਾਉਂਦੇ ਆ ਇਹ ਇਸੇ ਵਾਸਤੇ ਹੀ, ਆਲੂ ਵਾਸਤੇ DAP। ਇਹ ਮਾਰਕੀਟ 'ਚੋਂ ਮੇਰਾ ਖਿਆਲ ਇਹ ਨਹੀਂ ਮਿਲਦੀ, ਕਿਉਂਕਿ ਇੱਕ ਦੋ ਵਾਰ ਮੈਂ ਪੁੱਛਿਆ ਹੈ ਤਾਂ ਮੈਨੂੰ ਜਿੱਥੇ ਤੱਕ ਯਾਦ ਆ ਮਾਰਕੀਟ 'ਚੋਂ ਨਹੀਂ ਮਿਲਦੀ। ਔਰ ਹੈ ਵੀ ਇਹ ਮਹਿੰਗੀ ਹੈ ਦੂਈ DAP ਨਾਲੋਂ। ਠੀਕ ਆ ਜੀ, ਬੜੀ ਅੱਛੀ ਖਾਦ ਆ ਇਹ। ਚੋਰ ਸਾਹਿਬ ਨੇ ਇੱਕ ਵੀਡੀਓ ਬਣਾ ਕੇ ਦਿੱਤੀ ਪਾਈ ਸੀਗੀ ਅਤੇ ਲੋਕਾਂ ਕਿਹਾ ਸੀਗਾ ਵੀ ਜੀ ਸਾਨੂੰ ਵੀ ਇਹ ਖਾਦ ਦਿੱਤੀ ਜਾਵੇ, ਮੰਗਵਾ ਕੇ ਦਿਓ। ਅਤੇ ਫਿਰ ਇਹਨਾਂ ਨੇ ਫਿਰ ਇਹਨਾਂ ਦਾ ਕੰਮ ਨਹੀਂ ਹੈ, ਆਪ ਜ਼ਿਮੀਦਾਰ ਨੇ ਉਦੋਂ ਨਿਸ਼ਾਨ ਲਹਾਇਆ ਸੀ ਇਹਦਾ। ਇੱਕ ਹੈ ਹੋਰ ਪਈ ਹੈ ਖਾਦ ਅੰਦਰ, ਇਹ ਯੂਰੀਆ ਵੀ ਦੂਈ ਪਾਉਂਦੇ ਆ ਆਹ ਪਈ। ਇਹ ਵੀ ਮਾਰਕੀਟ 'ਚ ਮੈਂ ਕਦੀ ਨਹੀਂ ਦੇਖੀ ਹੈਗੀ, ਅਸਾਂ ਵੀ ਪਾਉਂਦੇ ਹਾਂ ਜ਼ਿਮੀਦਾਰੀ 'ਚ ਲੇਕਿਨ ਇਹ ਸਾਨੂੰ ਨਹੀਂ ਲੱਭੀ। ਇਹ ਕਰਾਚੀ 'ਚੋਂ ਡਾਇਰੈਕਟ ਹੀ ਆਉਂਦੀ ਹੈ। ਅੱਛਾ ਜੀ, ਬਾਕੀ ਕੀ ਸੌਦੇ ਪਏ ਆ ਇੱਥੇ? ਬਾਕੀ ਇਹ ਮਸ਼ੀਨ ਹੁਣ ਆਲੂ ਵਾਲਿਆਂ ਦੀ ਮੇਰੇ ਖਿਆਲ ਆਈ ਪਈ ਹੈ। ਆਲੂ ਵਾਲਿਆਂ ਦੀ ਹੈ ਇਹ ਲੱਗਦੀ ਨਹੀਂ, ਇਹ ਪਾਣੀ ਦਾ ਕੋਈ ਸਿਸਟਮ ਦੀ ਲੱਗਦੀ। ਇਹ ਪਾਣੀ ਦਾ ਜਿਹੜਾ ਇਹਨਾਂ ਨੇ ਉੱਧਰ ਰੱਖੀ ਹੈ ਨਾ ਮਸ਼ੀਨ, ਪਾਣੀ ਜਿਹੜੀ ਡ੍ਰਿਪ ਸਿਸਟਮ ਆ ਕਿੱਲੇ ਦੇ 5 ਕਿੱਲਿਆਂ ਦੀ ਲਾਈਨ ਤੱਕ ਪਹੁੰਚਾਉਂਦੀ ਹੈ, ਇਹ ਉਹ ਆਈ ਪਈ ਹੈ। ਇਸ ਤੋਂ ਇਲਾਵਾ ਡੀਜ਼ਲ ਦੀ ਮਗਰ ਸਪਲਾਈ ਵਾਸਤੇ ਡਰਮ ਸ਼ਾਮ ਰੱਖੇ ਨੇ, ਮੋਟੇ ਪਤਲੇ ਟਾਇਰ ਰੱਖੇ ਨੇ ਆਲੂ ਦੀ ਖੇਲ ਵਾਸਤੇ। ਅੱਛਾ ਜੀ, ਇਹ ਆਈ ਪਈ ਹੈ ਇੱਕ ਜੀ ਨਿਕਲ ਕੇ ਸੈਂਪਲ। ਪਹਿਲੇ ਪੱਟ ਹੋ ਕੇ ਆਉਣੇ ਹੁੰਦੇ ਆ, ਇਹ ਚਿਪਸ ਵਾਲਾ ਆਲੂ ਹੁੰਦਾ, ਇਹਦੇ ਵਿੱਚ ਪਾਣੀ ਨਹੀਂ ਹੁੰਦਾ। ਇਹ ਜਿੰਨੇ ਦਿਨ ਮਰਜ਼ੀ ਪਿਆ ਰਹੇ, 2 ਵੀ ਆਇਆ ਆਲੂ ਇਵੇਂ ਸਾਰ ਰੱਖ ਦਿਓ, ਇਹਨੂੰ ਏਡੀ ਮਸਲਾ ਉਸ ਤਰ੍ਹਾਂ ਆਲੂ ਗਲਦਾ ਨਹੀਂ ਹੈ। ਇਹਨੂੰ ਨੱਪੋਗੇ ਇਹਦੇ ਵਿੱਚ ਪਾਣੀ ਨਹੀਂ ਹੋਏਗਾ, ਖੁਸ਼ਕ ਆਲੂ ਹੁੰਦਾ ਅਤੇ ਇਹਦੀ ਚਿਪਸ ਨਿਕਲਦੀ ਹੈ। ਔਰ ਪਕਾਉਣ 'ਚ ਵੀ ਬਹੁਤ ਮਜ਼ੇਦਾਰ ਹੁੰਦਾ ਹੈ, ਮਾਰਕੀਟ 'ਚ ਨਹੀਂ ਲੱਭਦਾ ਹੁੰਦਾ ਇਹ, ਸਿਰਫ ਇਹਨਾਂ ਕੋਲ ਹੀ ਹੁੰਦਾ ਅਤੇ ਪੈਪਸੀ ਲੈ ਜਾਂਦੀ ਹੈ। ਲੇਜ਼ਰ ਲੈਂਡ ਲੇਵਲਰ ਇਹ ਵਾਲਾ ਇਹਨਾਂ ਨੇ ਡ੍ਰਿਪ ਸਿਸਟਮ ਮੰਗਵਾਇਆ ਸੀ, ਉਦੋਂ 35-34 ਲੱਖ ਦਾ ਭਰਿਆ ਸੀ ਕੰਪਨੀ ਨੇ। ਇਹ ਵੀ ਪੈਪਸੀ ਨੇ ਇਹਨਾਂ ਨੂੰ ਕਿਹਾ ਸੀ ਇਹਦੇ ਨਾਲ ਪਾਣੀ ਲਗਾਓ ਤਾਂ ਕਿ ਤੁਹਾਡੇ ਪਾਣੀ ਦੀ ਬੱਚਤ ਹੋਵੇ। ਇੱਕ ਬਹੁਤ ਬੜੀ ਮਸ਼ੀਨ ਹੈ ਇਹ, ਬੜੀ ਕਮਾਲ ਦੀ ਚੀਜ਼ ਹੈ, ਬਹੁਤ ਬਹੁਤ ਪ੍ਰੈਸ਼ਰ ਹੈ ਇਹਦਾ। ਇਹ ਯੂਜ਼ ਕਰਦੇ ਰਹੇ ਨੇ, ਹੁਣ ਵੀ ਯੂਜ਼ ਹੁੰਦੀ ਰਹੀ ਹੈ ਅਤੇ ਹੁਣ ਫਿਰ ਆਲੂ ਐਂਡ ਹੋਇਆ ਪਿਆ ਆਲੂ ਦਾ। ਬੜੇ ਬੜੇ ਫੰਕਸ਼ਨ ਨੇ ਇਹਦੇ, ਬੜੀ ਨਜ਼ਾਰੇ ਵਾਲੀ ਸ਼ੈ ਹੈ। ਹਾਂਜੀ, ਬਾਕੀ ਜਨਾਬ ਵਾਲੀ ਆਇਆ ਪਿਆ ਪੈਨੀਅਰ। ਹਾਂਜੀ ਹਾਂਜੀ, ਚਿਪਸ ਵਾਲੀ ਆਈ ਪਈ ਬਿਲਕੁਲ। ਹਾਂ, ਇਸਮੇ ਚਿਪਸ ਨਿਕਾਲ ਕੇ ਚੈੱਕ ਕਰਦੇ ਹਾਂ ਜੀ ਆਲੂ ਕੋ, ਕਿ ਆਲੂ ਚਿਪਸ ਕੇ ਕਾਬਲ ਹੈ। ਅਗਰ ਯਹਾਂ ਪਰ ਪਾਸ ਹੋ ਜਾਏ ਯਾਨੀ ਤੋ ਫਿਰ ਜੇ ਕੰਪਨੀ ਲੈ ਜਾਤੀ, ਜੋ ਕੰਪਨੀ ਕੇ ਬੰਦੇ ਹੋਤੇ ਹੈ ਵੋ ਆਪਣੀ ਮੁਤਾਬਕ ਕਰਤੇ ਹੈ ਸੈੱਟ। ਇਸਮੇ ਕੋਈ ਦੂਸਰੀ ਚੀਜ਼ ਕੋਈ ਕਹਤੇ ਹੈ ਨਾ ਵੋ ਝੂਠ ਤੂਫਾਨ ਧੋਖਾ ਫਰੇਬ ਕੁਛ ਨਹੀਂ ਹੋ ਸਕਦਾ, ਕਿਉਂਕਿ ਅੱਗੇ ਜਾ ਕੇ ਚਿਪਸ ਬਣਨੀ ਹੁੰਦੀ ਹੈ। ਇਹ ਐਸੇ ਨੇ ਬਣੇ ਹੋਏ ਨਹੀਂ ਹੁੰਦੀ ਹੈ ਨਾ ਜੋ। ਹਾਂਜੀ ਚਲੋ ਸਾਨੂੰ ਦੇਖਦੇ ਹਾਂ, ਚੈੱਕ ਕਰੇ ਖਾ ਕੇ ਇਹ ਹੀ ਨਾ 15-43 ਪੈਨੀਅਰ, 14-29 ਪੈਨੀਅਰ, 14-29 ਅੱਛਾ ਜੀ 15-43 15-43 ਅਤੇ 14-29 ਇਹ ਉੱਪਰ ਨਜ਼ਰ ਆ ਰਹੇ ਨੇ। ਇਹ ਸਾਰਾ ਪੈਨੀਅਰ ਦਾ ਹੀ ਕੰਮ ਮਾਲ ਆਇਆ ਪਿਆ, 14-29 ਅਤੇ 15-43।
ਮੱਕੀ ਵਾਸਤੇ ਕੁੜੀ ਕਲਾ ਨਮਕ ਹੀ ਪਾਇਆ ਹੋਵੇ ਨਾ ਇਹਦੇ ਤੇ ਇਹ ਮਸਾਲਿਆਂ ਨੂੰ ਪਰੇ ਕਰ ਦੇਵੇ। ਉਹੀ ਜਗ੍ਹਾ ਗੱਲ ਆ ਪਜਾਵਾਂ ਇੱਕ ਆਲੂ ਮੈਂ ਅੱਗੇ ਕਹਿਣ ਦਿਆ ਮੈਂ ਮਸਾਲਿਆਂ ਨੇਮ ਆ ਜਿਹੜਾ ਸੁਪਰੀਮ ਪੀਜ਼ਾ ਇਹ ਮਜ਼ੇਦਾਰ ਆ ਜਿਹੜੀ ਚਿਪਸ ਖਾ ਰਹੇ ਇਹ ਜ਼ਿਆਦਾ ਮਜ਼ੇਦਾਰ ਆ ਹਾਂਜੀ ਚਿਪਸ ਮਜ਼ੇਦਾਰ ਆ ਪੀਜ਼ੇ ਨਾਲ ਚਿਪਸ ਜ਼ਿਆਦਾ ਮਜ਼ੇਦਾਰ ਆ ਦੇਖੋ ਜੀ ਸ਼ਾਪਰ ਅਸੀਂ ਟੈਸਟਿੰਗ ਵਾਲਾ ਜਿਹੜਾ ਨਾ ਉਹ ਖਾਣਾ ਸ਼ੁਰੂ ਕਰਤਾ ਤੇ ਬੜਾ ਸਵਾਦ ਹੈ ਤੇ ਪਰ ਹਨੇਰਾ ਹੀ ਹੈ अगर अच्छी बनेगी अगर सही बनेगी तो फिर ये सैंपल पास करते हैं और फिर ये लेस बनने के लिए जाती है लेस वालों की है ये हाँ जी जबरदस्त जी इस मशीन में बनती है ये यहाँ सैंपल बनते हैं यहाँ कटाई होती है देखो ये हीट का भी टेम्परेचर का भी बिल्कुल हम लोगों ने दिया हुआ है टेम्परेचर रखना है ना बिल्कुल अच्छा घी डालते हैं सैंपल के लिए वैसे भी अच्छा डालते हैं लेस अच्छी होती है एफसी वालों की हाँ जी अच्छी है कटाई इसमें कटाई करते हैं ये तो छोटी सी मशीन है ऐसा सैंपल के लिए जी जिथे आलू की कटाई होती है चलो जी भाई चला के दिखाओ लो जी स्लाइस फिर इतने आ जाती है जी इतने फिर होली है जी तलाई आ इधर कड़ी पई है जी साढ़े आसे जा रही है ए मसाले दे पैसे ले लेंदी है कि महंगे दम आलू चुकती है सस्ता आलू कोई नहीं होंदा मार्केट वाला आलू नहीं होंदा चक ले जानी जाओ चक के भी आ सकते हैं नहीं तो ये पा के इतने छपंजा जहा बनया वो पा के अगे लै जाओ तुम तो फिर रेड़ के भी आलू पट सकते हैं टाइल लगे है पिछली साइड पर सही है ਇਹ ਵਾਲਾ ਸਿਸਟਮ ਸਵੇਰੇ ਦਿਖਾ ਲਿਆ ਸੀ ਜਿਹੜਾ ਤੁਹਾਨੂੰ ਇਹ ਹੈਗਾ ਜੀ ਆਲੂ ਦੂਆ ਪਾਣੀ ਆਲੂ ਨੂੰ ਜਿਹੜਾ ਆ ਉਹ ਪਾਣੀ ਲਾਉਣ ਵਾਸਤੇ ਡਾਇਰੈਕਟ ਟਰਬਾਈਨ ਤੋਂ ਇੱਥੋਂ ਪਾਣੀ ਔਨ ਕਰ ਦੇਣਾ ਅਗਰ ਕੋਈ ਸਪਰੇਅ ਪਾਉਣੀ ਆ ਤਾਂ ਉਹ ਵੀ ਇਸੇ ਦੇ ਵਿੱਚ ਹੀ ਪੈ ਜਾਏਗੀ ਠੀਕ ਆ ਜੀ ਸਪਰੇਅ ਵੀ ਇਹਦੇ ਵਿੱਚ ਹੀ ਪੈ ਜਾਏਗੀ ਅਤੇ ਜਾਏਗਾ ਸਿੱਧਾ 8 ਕਿੱਲਿਆਂ ਦੇ ਵਿੱਚ ਇਹ 8 ਕਿੱਲਿਆਂ ਤੱਕ ਪਾਣੀ ਜਿਹੜਾ ਆ ਉਹ ਇਹਦੀ ਪਾਵਰ ਹੈ ਇਹ ਵਾਲੇ ਪਾਈਪ ਲੱਗੇ ਹੋਏ ਠੀਕ ਹੈ